हेलो डियर स्टूडेंट्स वेलकम टू आवर चैनल एंड आज जो ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕੁਝ ਇੰਪੋਰਟੈਂਟ ਇਨਫੋਰਮੇਸ਼ਨ ریلیਟਡ ਟੂ एलएस एग्जाम ਕਿ ਜਿਹੜੇ ਜੂਨ ਚ ਜਾਂ ਮਈ ਚ एग्जाम ਹੋਣੇ ਆ ਕੀ ਅਪਡੇਟ ਹੈ ਕਿ ਉਹ ਹੋਣਗੇ ਜਾਂ ਨਹੀਂ ਹੋਣਗੇ ਪਰ ਵੀਡੀਓ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਹੈ ਤੁਸੀਂ ਵੀਡੀਓ ਦੇਖਣ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਨਾਲ ਦੀ ਨਾਲ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਜਲਦੀ ਮਿਲ ਸਕਣ ਦੂਜੀ ਗੱਲ ਆਪਾਂ ਜੇ ਗੱਲ ਕਰੀਏ ਕਿ ਮੰਨਿਆ ਕਿ ਤੁਹਾਡੇ ਵਾਸਤੇ ਵੀਡੀਓ ਸ਼ਾਇਦ ਤੁਸੀਂ ਆਈਲਰਸ ਦੀ ਤਿਆਰੀ ਨਹੀਂ ਕਰ ਰਹੇ ਜਾਂ ਤੁਸੀਂ ਇਸ ਡੇਟਸ ਨੂੰ ਐਗਜ਼ਾਮ ਨਹੀਂ ਫਿਲ ਕੀਤਾ ਤਾਂ ਤੁਸੀਂ ਕਹੋਗੇ ਸਾਨੂੰ ਸੁਣਨ ਦਾ ਕੀ ਫਾਇਦਾ ਤਾਂ ਐਟ ਲੀਸਟ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਸਟੂਡੈਂਟਸ ਤੱਕ ਜਿਨ੍ਹਾਂ ਨੇ ਇਸ ਇਸ ਤਰੀਕ ਨੂੰ ਐਗਜ਼ਾਮ ਭਰਿਆ ਆ ਤਾਂ ਕਿ ਉਹਨਾਂ ਨੂੰ ਕੁਝ ਮਦਦ ਮਿਲ ਸਕੇ ਆਓ ਸਟਾਰਟ ਕਰਦੇ ਹਾਂ ਵੀਡੀਓ ਸੋ ਆਪਾਂ ਅੱਜ ਦੀ ਵੀਡੀਓ ਚ ਕੀ ਡਿਸਕਸ ਕਰਨਾ ਹੈ ਤੁਹਾਡੇ ਨਾਲ ਅੱਜ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਆਈ ਹਾਂ ਕਿ ਤੁਹਾਨੂੰ ਦੱਸੀਏ ਬਹੁਤ ਸਾਰੇ ਕੁਐਰੀਜ਼ ਆ ਰਹੀਆਂ ਸੀਗੀਆਂ ਆਪਾਂ ਨੂੰ ਕਿ ਪੇਪਰ ਕਦੋਂ ਹੋਣਗੇ ਸਟਾਰਟ ਬਹੁਤ ਸਾਰੇ ਬੱਚਿਆਂ ਦੇ ਮਨ ਵਿੱਚ ਡਾਊਟ ਵੀ ਹੈ ਕਿ ਅਸੀਂ ਐਗਜ਼ਾਮ ਫਿਲ ਕੀਤਾ ਸੀ ਦੋ ਵਾਰ ਸਾਡਾ ਕੈਨਸਲ ਹੋ ਗਿਆ ਹੁਣ ਅੱਗੇ ਦਾ ਕੀ ਸੀਨ ਹੈ ਕਿ ਅੱਗੇ ਆਪਣੇ ਜਿਹੜੇ ਐਗਜ਼ਾਮ ਆ ਉਹ 5 ਜੂਨ ਨੂੰ ਵੀ ਹੋਊਗਾ 12 ਜੂਨ ਨੂੰ ਹੋਊਗਾ ਜਾਂ ਨਹੀਂ ਹੋਊਗਾ ਜਾਂ ਫਿਰ ਜਿਨ੍ਹਾਂ ਦਾ 29 ਮਈ ਨੂੰ ਐਗਜ਼ਾਮ ਆ ਉਹਨਾਂ ਨੂੰ ਵੀ ਡਰਾ ਕਿਤੇ ਨਾ ਕਿਤੇ ਕਿ ਦੁਬਾਰਾ ਕਿਤੇ ਕੈਨਸਲ ਨਾ ਹੋ ਜੇ ਸੋ ਬੱਚੇ ਫ੍ਰੈਂਕਲੀ ਸਪੀਕਿੰਗ ਮੈਂ ਤੁਹਾਨੂੰ ਝੂਠ 'ਚ ਵਹਿਮ 'ਚ ਨਹੀਂ ਰੱਖਣਾ ਚਾਹੁੰਦੀ ਮੈਂ ਤੁਹਾਨੂੰ ਫ੍ਰੈਂਕਲੀ ਦੱਸਦਾ ਕਿ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਨੇ ਜਿਹੜਾ ਲੋਕਡਾਊਨ ਆ ਉਹ ਐਕਸਟੈਂਡ ਕੀਤਾ ਹੋਇਆ 31 ਮਈ ਤੱਕ ਠੀਕ ਹੈ ਹਾਂਜੀ ਮੰਨਦੇ ਆ ਕੁਝ ਸਹੂਲਤਾ ਦੀ ਛੂੜ ਦਿੱਤੀ ਐ ਜਿਵੇਂ ਕਿ ਦੁਕਾਨਾਂ ਹੁਣ ਪਹਿਲਾਂ ਨਾਲੋਂ ਵੱਧ ਖੁੱਲਣ ਲੱਗ ਗਈਆਂ ਰਿਲੈਕਸੇਸ਼ਨ ਮਿਲੀ ਐ ਆਪਾਂ ਮੰਨਦੇ ਆ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਹੋਰ ਰਿਲੈਕਸੇਸ਼ਨ ਮਿਲ ਜੇ ਪਰ ਤੁਹਾਨੂੰ ਇੱਥੇ ਪੇਸ਼ੈਂਸ ਰੱਖਣਾ ਪਊਗਾ ਸਭ ਪੇਸ਼ੈਂਸ ਰੱਖਣਾ ਪਊਗਾ ਤੇ ਤੁਸੀਂ ਉਹ ਟਾਈਮ 'ਚ ਆਪਣੀ ਤਿਆਰੀ ਕਰ ਸਕਦੇ ਆ ਤੇ ਤਿਆਰੀ ਕਰਨ ਲਈ ਤੁਹਾਡੇ ਕੋਲ ਬਹੁਤ ਸਾਰੇ ਪਲੈਟਫਾਰਮ ਹੈਗੇ ਆ ਕਿ ਤੁਸੀਂ ਆਫਲਾਈਨ ਸਟੱਡੀ ਤਾਂ ਹੁਣ ਕਰ ਨਹੀਂ ਸਕਦੇ ਤਾਂ ਤੁਸੀਂ ਘਰੇ ਬਹਿ ਕੇ ਸੈਲਫ ਸਟੱਡੀ ਕਰ ਸਕਦੇ ਆ ਤੁਸੀਂ ਆਨਲਾਈਨ ਵੈਬਸਾਈਟਸ ਤੇ ਜਾ ਕੇ ਆਪਦੀ ਤਿਆਰੀ ਕਰ ਸਕਦੇ ਆ ਤੁਸੀਂ YouTube ਤੇ ਜਾ ਕੇ ਬਹੁਤ ਸਾਰੇ ਚੈਨਲ ਹੈਗੇ ਆ ਜਿਹੜੇ ਕੋਚਿੰਗ ਪ੍ਰੋਵਾਈਡ ਕਰਦੇ ਆ ਇਨਫੈਕਟ ਫ੍ਰੀ ਲਾਈਵ ਕਲਾਸਿਸ ਵੀ ਦਿੰਦੇ ਆ ਸੋ ਤੁਸੀਂ ਹਰ ਹਾਲ ਚਿਰ ਆਪਦੀ ਤਿਆਰੀ ਕੰਟੀਨਿਊ ਰੱਖੋ ਕਿਉਂਕਿ ਜੋ ਜਿਵੇਂ ਵੀ ਇਹ ਲੋਕਡਾਊਨ ਦੀ ਸਿਚੁਏਸ਼ਨ ਸੋਲਵ ਹੋਊਗੀ ਉਦੋਂ ਹੀ ਐਗਜ਼ਾਮ ਕੰਡਕਟ ਹੋਣਗੇ ਚਲਿਓ ਆਪਾਂ ਤੁਹਾਨੂੰ ਦੱਸੀਏ ਹੁਣ ਕਿ ਹੁਣ ਜਿਹੜੀ ਸਿਚੁਏਸ਼ਨ ਆ ਉਹ ਕੀ ਕਹਿੰਦੀ ਹੈ ਸਬੀਸੀ ਵਾਲਿਆਂ ਨੇ ਸਾਫ਼-ਸਾਫ਼ ਆਪਣੇ ਨੋਟਿਸ ਦੇ ਵਿੱਚ ਉਹਨਾਂ ਨੇ ਲਿਖ ਦਿੱਤਾ ਹੈ ਕਿ ਜਿਹੜੇ ਕੰਪਿਊਟਰ ਡਿਲੀਵਰ ਐਗਜ਼ਾਮ ਸੀ ਉਹ ਜਿਹੜੇ ਆ ਉਹਨਾਂ ਨੇ 31 ਮਈ ਤੱਕ ਬਿਲਕੁਲ ਹੀ ਕੈਨਸਲ ਕਰ ਦਿੱਤੇ ਕੁਝ ਉਹਨਾਂ ਨੇ ਸਿਟੀਜ਼ ਦੇ ਨਾਮ ਦਿੱਤੇ ਜਿਵੇਂ ਕਿ ਦਿੱਲੀ ਹੋ ਗਿਆ ਗੁਰਦਾਉਂ ਹੋ ਗਿਆ ਅੰਮ੍ਰਿਤਸਰ ਹੋ ਗਿਆ ਮੁੰਬਈ ਹੋ ਗਿਆ ਪੁਨੇ ਹੋ ਗਿਆ ਤੇ ਸੂਰਤ ਵਿਜੇਵਾਲਾ ਚੇਨਈ ਬੈਂਗਲੋਰੂ ਤੇ ਨੌਇਡਾ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਨੇ ਕੀ ਕੀਤਾ ਕਿ ਸਿਰਫ ਵੀਕਡੇਜ਼ ਦੇ ਵਿੱਚ ਯਾਨੀ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਿਹੜੇ ਆ ਆਪਣੇ ਕੰਪਿਊਟਰਾਈਜ਼ ਜਿਹੜੇ ਐਗਜ਼ਾਮ ਹੈ ਉਹ ਉਹ ਕੰਡਕਟ ਕਰਨਗੇ ਬਟ ਜਿਹੜੇ ਵੀਕਐਂਡ ਤੇ ਐਗਜ਼ਾਮ ਹੋਣਗੇ ਉਹ ਕੰਡਕਟ ਨਹੀਂ ਕਰ ਰਹੇ ਸੋ ਆਲਮੋਸਟ ਜਿਹੜਾ ਆ ਕਿ ਆਪਾਂ ਕਹਿ ਦਈਏ ਕਿ ਇੰਡੀਆ ਦੀ ਬਹੁਤ ਸਾਰੀ ਸਿਟੀਜ਼ ਦੇ ਵਿੱਚ ਜਿਹੜਾ ਆ ਉਹ ਲੋਕਡਾਊਨ ਕਰਕੇ ਜਿਹੜਾ ਆ ਆਪਣਾ ਐਗਜ਼ਾਮ ਜਿਹੜਾ ਕੰਪਿਊਟਰ ਡਿਲੀਵਰ ਐਗਜ਼ਾਮ ਸੀ ਉਹ ਆਪਣੇ ਕੈਨਸਲ ਹੋ ਗਏ ਆ ਸੇ ਆਪਾਂ ਗੱਲ ਕਰੀਏ ਤੇ ਪੈਨ ਪੇਪਰ ਐਗਜ਼ਾਮ ਦੀ ਤੇ ਤੁਹਾਨੂੰ ਪਤਾ ਹੈ ਕਿ ਕੰਪਿਊਟਰ ਐਗਜ਼ਾਮ ਚ ਤਾਂ ਵੈਸੇ ਵੀ ਉਹਨਾਂ ਨੂੰ ਸਿਰਫ 14 ਤੋਂ 15 ਬੱਚੇ ਚਾਹੀਦੇ ਹੁੰਦੇ ਆ 15 ਬੱਚੇ ਅਗਰ ਉਹਨਾਂ ਕੋਲ ਹੋ ਜਾਣ ਪੇਪਰ ਫਿਲ ਕਰ ਦੇਣ ਤਾਂ ਉਹ ਕੰਪਿਊਟਰ ਡਿਲੀਵਰ ਐਗਜ਼ਾਮ ਲੈ ਲੈਂਦੇ ਪਰ ਪੈਨ ਪੇਪਰ ਚ ਇਦਾਂ ਨਹੀਂ ਹੁੰਦਾ ਤੁਹਾਨੂੰ ਵੀ ਪਤਾ ਹੈ ਕਿ ਕਿੰਨੀ ਮੈਜੋਰਟੀ ਆਫ ਪੀਪਲ ਜਿਹੜੇ ਆ ਮੈਜੋਰਟੀ ਆਫ ਸਟੂਡੈਂਟ ਜਿਹੜੇ ਆ ਉਹ ਕੀ ਹੈ ਕਿ ਆਪਣਾ ਐਗਜ਼ਾਮ ਫਿਲ ਕਰਦੇ ਆ ਸੋ ਜਿਆਦਾ ਗੈਦਰਿੰਗ ਨੂੰ ਤਾਂ ਵੈਸੇ ਹੀ ਮਨਾ ਆਇਆ ਸੋ ਤੁਸੀਂ ਮੰਨ ਕੇ ਚੱਲੋ ਕਿ ਜਿਹੜਾ ਐਗਜ਼ਾਮ ਆਪਣੇ ਪੈਨ ਪੇਪਰ ਬੇਸਡ ਆ ਉਹ ਤਾਂ 31 ਮਈ ਤੱਕ ਕਿਸੇ ਵੀ ਹਾਲ ਚ ਕਿਸੇ ਵੀ ਸਿਟੀ ਚ ਨਹੀਂ ਹੋਣਗੇ ਤੇ ਜੇ ਰਹੀ ਗੱਲ ਜੂਨ ਦੀ ਦਾ ਬਹੁਤ ਘੱਟ ਚਾਂਸ ਨੇ ਫ੍ਰੈਂਕਲੀ ਸਪੀਕਿੰਗ ਸੀਰੀਅਸਲੀ ਤੁਹਾਨੂੰ ਕਿਸੇ ਝੂਠ 'ਚ ਨਹੀਂ ਰੱਖਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ 5th ਜੂਨ ਦਾ ਜਿਹੜਾ ਐਗਜ਼ਾਮ ਆ ਉਹਦੇ ਬਹੁਤ ਜ਼ਿਆਦਾ ਘੱਟ ਚਾਂਸ ਨੇ ਕਿ ਉਹ ਕੰਡਕਟ ਕੀਤਾ ਜਾਊਗਾ ਹਜੇ ਤੱਕ ਕੋਈ ਕਨਫਰਮੇਸ਼ਨ ਹਜੇ ਤੱਕ ਕੋਈ ਅਪਡੇਟ ਉਹਦੇ ਬਾਰੇ ਬੀਸੀ ਨੇ ਜਾਂ ਆਈਜੀਪੀ ਨੇ ਆਪਣੀ ਵੈਬਸਾਈਟ ਤੇ ਅਫੀਸ਼ੀਅਲ ਵੈਬਸਾਈਟ ਤੇ ਨਹੀਂ ਦਿੱਤੀ ਪਰ ਤਾਂ ਉਹਨੂੰ ਦੱਸਦੀ ਹੈ ਕਿ ਜਿੱਥੋਂ ਤੱਕ ਅਸੀਂ ਪ੍ਰੈਡਿਕਸ਼ਨ ਲਗਾ ਸਕਦੇ ਹਾਂ ਅਸੀਂ ਪ੍ਰੈਡਿਕਸ਼ਨ ਲਗਾਈਏ ਕਿ ਮੇਬੀ ਕੇਸ ਪਹਿਲਾਂ ਨਾਲੋਂ ਘੱਟ ਰਹੇ ਆ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ 'ਚ ਬਿਲਕੁਲ ਹੀ ਘਟ ਜਾਣ ਅਸੀਂ ਸਿਰਫ ਉਮੀਦ ਕਰ ਸਕਦੇ ਹਾਂ ਇਸ ਚੀਜ਼ ਦੀ ਪਰ ਆਪਾਂ ਨੂੰ ਵੀ ਇਹ ਪਤਾ ਹੈ ਕਿ ਅੱਜ ਇੰਨੀ ਤਰੀਕ ਹੋ ਗਈ ਹੈ ਤੇ ਪਿੱਛੇ 4-5 ਦਿਨ ਜਾਂ 6 ਦਿਨ ਬਾਕੀ ਨੇ ਇਹ ਮਤਲਬ ਇਹ ਮਈ ਮਹੀਨਾ ਜਿਹੜਾ ਆ ਕੰਪਲੀਟ ਹੋਣ ਨੂੰ ਤੇ ਸਿਰਫ 5-6 ਦਿਨਾਂ ਚ ਕੋਈ ਐਵੇਂ ਦਾ ਚਮਤਕਾਰ ਨਹੀਂ ਹੋਣ ਲੱਗਿਆ ਕਿ ਕਰੋਨਾ ਬਿਲਕੁਲ ਹੀ ਚਲਾ ਜਾਊਗਾ ਤੇ ਜਿਹੜੀ 10 ਬੰਦਿਆਂ ਦੀ ਗੈਦਰਿੰਗ ਦੀ ਛੂਟ ਆ ਆਪਾਂ ਨੂੰ ਰਿਲੈਕਸੇਸ਼ਨ ਮਿਲੀ ਹੋਈ ਆ 10 ਬੰਦਿਆਂ ਦੀ ਉਹ ਆਪਣੀ ਵੱਧ ਕੇ 100% ਦੀ ਰਿਲੈਕਸੇਸ਼ਨ ਹੋ ਜੂਗੀ ਨਹੀਂ ਇਦਾਂ ਇੱਕੋਦਮ ਉਹ ਇੰਨੀ ਰਿਲੈਕਸੇਸ਼ਨ ਨਹੀਂ ਦੇਣਗੇ ਜੇ ਦੇਣਗੇ ਵੀ ਤਾਂ 20% ਦੀ ਰਿਲੈਕਸੇਸ਼ਨ ਦੇਣਗੇ ਤੇ ਇਹਦੇ 20% ਦੀ ਰਿਲੈਕਸੇਸ਼ਨ ਦੇ ਵਿੱਚ ਆਪਾਂ ਕਹੀਏ ਕਿ ਇੱਕ ਕੰਪਨੀ ਜਿਹੜੀ ਆ ਕਿ ਉਹ ਆਪਣਾ ਟੈਸਟ ਕੰਡਕਟ ਕਰ ਲੇ ਇਹਦੀ ਪੋਸੀਬਿਲਟੀ ਥੋੜੀ ਘੱਟ ਲੱਗਦੀ ਹੈ ਸੋ 5th ਆਫ ਜੂਨ ਤੇ ਜਿਹੜਾ 12th ਆਫ ਜੂਨ ਹੈ ਇਹਨਾਂ ਦੋਨਾਂ ਦੇ ਐਗਜ਼ਾਮ ਦੇ ਕੈਨਸਲ ਹੋਣ ਦੇ ਜ਼ਿਆਦਾ ਚਾਂਸਾਂ ਕਨਫਰਮ ਹੋਣ ਦੇ ਘੱਟ ਚਾਂਸ ਬਟ ਹਾਂ ਅਗਰ ਹਾਲਾਤ ਇਦਾਂ ਹੀ ਰਹੇ ਕਿ ਜਿਵੇਂ ਹੁਣ ਆਪਣੇ ਕੋਲ ਕੇਸ ਘੱਟ ਆ ਰਹੇ ਨੇ ਕਿ ਅਗਰ ਇਦਾਂ ਹੀ ਬਾਬਾ ਜੀ ਦੀ ਮੇਰ ਰਹੀ ਕਿ ਹੋਰ ਆਪਣਾ ਜਿਹੜਾ ਇੰਡੀਆ ਆ ਇੰਡੀਆ ਦੇ ਵਿੱਚ ਆ ਕੋਰੋਨਾ ਦੀ ਜਿਹੜੀ ਲਾਈਨਸ ਹੈਗੀਆਂ ਉਹ ਇਨਕਰੀਸ ਦੀ بجائے ਡਿਕਰੀਸ ਹੁੰਦੀਆਂ ਚਲੀ ਗਈਆਂ ਕੇਸਿਸ ਦੀ ਤਾਂ ਡੈਫੀਨੇਟਲੀ ਮਿਡ ਆਫ ਜੂਨ ਤੋਂ ਮੇਬੀ ਕੀ ਹਾਂ एग्जाम ਕੰਡਕਟ ਦੁਆਰਾ ਸ਼ੁਰੂ ਹੋ ਜਾਣ ਸੋ ਤੁਹਾਨੂੰ ਇੰਨੇ ਹੀ ਅਪਡੇਸ਼ਨ ਦੇਣੀ ਸੀਗੀ ਕਿ ਤੁਸੀਂ ਆਪਦੀ ਤਿਆਰੀ ਰੱਖੋ ਹੋਪਫੁਲੀ ਜੂਨ ਦੇ ਅੱਧ ਦੇ ਵਿੱਚੋਂ ਯਾਨੀ ਕਿ 12th ਜੂਨ ਤੋਂ ਬਾਅਦ ਚੋਂ ਜਿੰਨੀਆਂ ਵੀ ਡੇਟਸ ਹੋਣਗੀਆਂ ਜਿਵੇਂ ਕਿ 19th ਆਫ ਜੂਨ ਹੈ 17th ਆਫ ਜੂਨ ਹੈ ਕਿ ਹਾਂ ਇਹ ਜਿਹੜੀਆਂ ਡੇਟਸ ਹੈਗੀਆਂ ਇੰਨਾ ਤੋਂ ਸ਼ਾਇਦ ਕੀ ਹੈ ਕਿ ਆਪਾਂ ਐਗਜ਼ਾਮ ਹੋਣ ਦੀ ਉਮੀਦ ਕਰ ਸਕਦੇ ਹਾਂ ਕਿ ਹਾਂ ਉਦੋਂ ਤੋਂ ਅੱਧ ਜੂਨ ਤੋਂ ਜਿਹੜਾ ਇਹ ਆਪਣੇ ਐਗਜ਼ਾਮ ਹੋਣ ਲੱਗ ਜਾਣਗੇ ਸੋ ਤੁਹਾਡੇ ਕੋਲ ਹੁਣ ਬਚਦੇ ਆ 15 ਦਿਨ ਸੋ so, 15 ਦਿਨ ਆਪ ਦਾ ਸੀਰੀਅਸ ਹੋ ਕੇ ਤੁਸੀਂ ਆਪਦੀ ਪ੍ਰੈਕਟਿਸ ਕਰੋ ਵਾਦ ਤੋਂ ਵਾਦ ਪ੍ਰੈਕਟਿਸ ਕਰੋ ਆਪਦੀ ਕਮਾਂਡ ਇੰਨੀ ਪੱਕੀ ਕਰ ਲਓ ਕਿ ਜਦੋਂ ਵੀ ਐਗਜ਼ਾਮ ਦੀ ਡੇਟਸ ਆਣ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ ਤੁਸੀਂ ਨਾਲ ਦੀ ਨਾਲ ਫਿਲ ਕਰ ਸਕੋ ਤੇ ਤੁਹਾਡਾ ਟਾਈਮ ਨਾ ਬੇਸਡ ਹੋਏ ਤੇ ਜਿਹੜੇ ਤੁਸੀਂ ਸੁਪਨੇ ਲੈ ਕੇ ਆ ਆਇਲਰਸ ਦੀ ਤਿਆਰੀ ਕਰ ਰਹੇ ਹੋ ਉਹ ਤੁਹਾਡੇ ਸੁਪਨੇ ਜਿਹੜੇ ਆ ਉਹ ਸাকার ਹੋ ਸਕਣ ਤੁਸੀਂ ਸੱਚ ਕਰ ਸਕੋ ਬਟ ਇੱਕ ਗੱਲ ਤੁਹਾਨੂੰ ਕਲੀਅਰ ਦੱਸ ਦਈਏ ਕਿ ਮਈ ਦੇ ਵਿੱਚ ਤਾਂ ਐਗਜ਼ਾਮ ਨਹੀਂ ਹੋਣਗੇ ਤੇ ਬਹੁਤ ਘੱਟ ਚਾਂਸ ਨੇ ਕਿ ਜੂਨ ਫਸਟ ਵੀਕ ਵੀ ਐਗਜ਼ਾਮ ਹੋਣ। ਸੋ ਹੁਣ ਤੁਸੀਂ ਤਿਆਰੀ ਕਹੋਗੇ ਕਿ ਅਸੀਂ 셀ਫ ਸਟੱਡੀ ਕਿਵੇਂ ਕਰੀਏ? ਸੋ 셀ਫ ਸਟੱਡੀ ਦੇ ਬਹੁਤ ਤਰੀਕੇ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ। 셀ਫ ਸਟੱਡੀ ਤੁਸੀਂ ਆਨਲਾਈਨ ਕੋਚਿੰਗ ਤੇ ਜਾ ਸਕਦੇ ਆ। ਆਨਲਾਈਨ ਕੋਚਿੰਗ ਸੇਫ ਹੈ। ਤੁਸੀਂ ਆਪਦੇ ਘਰੇ ਬੈ ਕੇ ਵੀਓ ਕੋਚਿੰਗ اٹینڈ ਕਰ ਸਕਦੇ ਆ ਤੁਸੀਂ ਲਾਈਵ ਕਲਾਸਿਸ ਲੈ ਸਕਦੇ ਏ ਜੇ ਫਿਰ ਵੀ ਕਿਤੇ ਪ੍ਰੋਬਲਮ ਆਂਦੀ ਹੈ ਤੇ ਤੁਸੀਂ ਵੈਬਸਾਈਟਸ ਤੋਂ ਇਨਫੋਰਮੇਸ਼ਨ ਮਟੀਰੀਅਲ ਕਲੈਕਟ ਕਰ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਕਿ ਅਗਰ ਤੁਹਾਨੂੰ ਫੇਰ ਵੀ ਕਿਤੇ ਕੋਈ ਚੀਜ਼ ਦੀ ਸਮਝ ਨਹੀਂ ਆਂਦੀ ਕਿ ਮੰਨ ਲਓ ਤੁਸੀਂ ਕਹਤਾ ਕਿ ਸਾਨੂੰ ਕਿ ਰੀਡਿੰਗ ਦਾ ਮਟੀਰੀਅਲ ਸਾਨੂੰ ਆਨਲਾਈਨ ਮਿਲ ਜਾਊਗਾ ਲਿਸਨਿੰਗ ਦਾ ਮਟੀਰੀਅਲ ਸਾਨੂੰ ਆਨਲਾਈਨ ਮਿਲ ਜਾਊਗਾ ਬਟ ਅਸੀਂ ਰਾਈਟਿੰਗ ਕਿਤੋਂ ਚੈੱਕ ਕਰਾਵਾਂਗੇ ਜਾਂ ਫਿਰ ਸਪੀਕਿੰਗ ਵਾਸਤੇ ਸਾਨੂੰ 파ਟਰਨਰ ਚਾਹੀਦਾ ਹੈ ਸੋ ਇਨ ਸਾਰੀਆਂ ਚੀਜ਼ਾਂ ਦਾ ਹੱਲ ਵੀ ਹੁੰਦਾ ਆ ਇਹ ਸਾਰੀਆਂ ਚੀਜ਼ਾਂ ਵੀ ਹੋ ਸਕਦੀਆਂ ਨੇ ਅਗਰ ਇੱਕ ਬੰਦਾ ਤਿਆਰੀ ਕਰਨ ਤੇ ਆ ਜੇ ਸੋ ਆਪਦੇ ਕਮੈਂਟ ਕਰਕੇ ਮੈਨੂੰ ਇਹ ਜ਼ਰੂਰ ਦੱਸਿਓ ਕਿ ਕੀ ਤੁਹਾਡਾ ਐਗਜ਼ਾਮ ਇਹਨਾਂ ਸਾਰੀਆਂ ਡੇਟਸ ਨੂੰ ਸੀਗਾ ਕਿ ਜਿਵੇਂ 5th ਜੂਨ ਨੂੰ ਜਾਂ ਫਿਰ 29 ਜੂਨ ਨੂੰ ਸੀਗਾ ਤੁਹਾਨੂੰ ਕਨਫਰਮੇਸ਼ਨ ਇਨਫੋਰਮੇਸ਼ਨ ਈਮੇਲ ਆਈ ਹੈ ਜਾਂ ਕੈਂਸਲੇਸ਼ਨ ਦੀ ਈਮੇਲ ਆਈ ਹੈ ਤੁਸੀਂ ਆਪਦੇ ভিউਸ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਹੋਰ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੇ ਪੇਪਰ ਭਰਿਆ ਵਿਆ ਉਹਨਾਂ ਨੂੰ ਥੋੜੀ ਜੀ ਇਨਫੋਰਮੇਸ਼ਨ ਮਿਲ ਸਕੇ ਦੂਜੀ ਗੱਲ ਜੇ ਤੁਹਾਡਾ ਕੋਈ ਡਾਊਟ ਹੈ ਕਿ ਅਸੀਂ ਸੈਲਫ ਸਟਡੀ ਕਿਵੇਂ ਕਰੀਏ ਸਾਨੂੰ ਇੱਕ ਪ੍ਰੋਪਰ ਪਲਾਨ ਚਾਹੀਦਾ ਆ ਸਾਨੂੰ ਇੱਕ ਪ੍ਰੋਪਰ ਗਾਈਡੈਂਸ ਗਾਈਡੈਂਸ ਚਾਹੀਦੀ ਹੈ ਕਿ ਅਸੀਂ ਇਹ ਦੇਖ ਲਈਏ ਕਿ ਹਾਂ ਕਿ ਕਿਵੇਂ ਤਿਆਰੀ ਹੁੰਦੀ ਹੈ ਘਰੇ ਬੈ ਕੇ ਕਿਵੇਂ ਤਿਆਰੀ ਕੀਤੀ ਜਾ ਸਕਦੀ ਹੈ ਤਾਂ ਕਮੈਂਟ ਬਾਕਸ ਚ ਬੇਝ ਜਗ ਤੁਸੀਂ ਆਪਦੇ ਮੈਸੇਜ ਮੈਨੂੰ ਪੁੱਛ ਸਕਦੇ ਆਂ ਆਪਦੀ ਕੁਐਰੀਜ਼ ਪੁੱਛ ਸਕਦੇ ਆਂ ਜਿੱਥੋਂ ਤੱਕ ਹੈਲਪ ਕਰਨ ਦੀ ਜ਼ਰੂਰਤ ਪਊਗੀ ਮੈਂ ਤੁਹਾਨੂੰ ਹੈਲਪ ਜ਼ਰੂਰ ਕਰੂੰਗੀ ਇਵਨ ਤੁਸੀਂ ਰਾਈਟਿੰਗ ਟਾਸਕ ਵੀ ਈਵੈਲੂਏਟ ਕਰਵਾ ਸਕਦੇ ਆਂ ਮੈਂ ਤੁਹਾਡੇ ਨਾਲ ਆਪਣੀ ਈਮੇਲ ਆਈਡੀ ਜ਼ਰੂਰ ਸ਼ੇਅਰ ਕਰ ਦੂੰਗੀ ਅਗਰ ਤੁਹਾਨੂੰ ਨੀਡ ਹੈ ਕਿਸੇ ਹੈਲਪ ਦੀ ਤਾਂ ਕਮੈਂਟ ਬਾਕਸ ਚ ਜ਼ਰੂਰ ਪੁੱਛੋ